ਗਲੋਬਲ ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੀ ਸਰਵ ਜਮਹੂਰੀ ਸੰਸਥਾ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਲੱਗਦਾ ਕਿ ਹੰਗਾਮਿਆਂ ਦੀ ਪੇਂਟ ਚੜ੍ਹਦਾ ਨਜ਼ਰ ਆ ਰਿਹਾ। ਬੇਸ਼ੱਕ ਇਹਦੇ ਲਈ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ, ਸਰਵ ਪਾਰਟੀ ਮੀਟਿੰਗ ਵੀ ਬੁਲਾਈ ਗਈ, ਪਰ ਇਸਦਾ ਕੋਈ ਸਿੱਟਾ ਨਹੀਂ ਨਿਕਲਿਆ ਅਤੇ ਸਾਰੇ ਨਤੀਜੇ ਬੇਸਿੱਟਾ ਰਹੇ। ਮੁੱਦਾ ਬੜਾ ਸਪਸ਼ਟ ਹੈ। ਕਾਂਗਰਸ ਪਾਰਟੀ ਦਾ ਇਹ ਕਹਿਣਾ ਹੈ ਕਿ ਕ੍ਰਿਕਟ ਦੇ ਨਾਲ ਜਿਹੜੇ ਜੁੜੇ ਹੋਏ ਘੁਟਾਲਿਆਂ ਨੂੰ ਲੈ ਕੇ ਲਲਿਤ ਮੋਦੀ ਦਾ ਜਿਹੜਾ ਨਾਂ ਹੈ ਉਸ ਦੀ ਮਦਦ ਕਰਨ ਦੇ ਲਈ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਜਸਥਾਨ ਦੀ ਮੁੱਖ ਮੰਤਰੀ ਅਤੇ ਇਸੇ ਤਰ੍ਹਾਂ ਜਿਹੜਾ ਹੈਗਾ ਇੱਕ ਵੱਖਰੇ ਘੁਟਾਲੇ ਦੇ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਤਿੰਨਾਂ ਨੂੰ ਅਸਤੀਫੇ ਦਿੱਤਿਆਂ ਬਗੈਰ ਜਿਹੜਾ ਸੈਸ਼ਨ ਆ ਉਹ ਚੱਲਣ ਨਹੀਂ ਦਿੱਤਾ ਜਾਏਗਾ। ਹਾਕਮ ਮੰਤਰੀ ਦਾ ਕਹਿਣਾ ਕਿ ਸਾਰੇ ਜਿਹੜੇ ਦੋਸ਼ ਹੈ ਇਹਨਾਂ ਦੀ ਕੋਈ ਸੱਚਾਈ ਨਹੀਂ, ਬੇਬੁਨਿਆਦ ਨੇ, ਇਸ ਕਰਕੇ ਅਸਤੀਫੇ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅੱਜ ਜਦੋਂ ਸਦਨ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਹੰਗਾਮੇ ਹੋਏ ਤਾਂ ਦੋ ਦਰਜਨ ਤੋਂ ਵਧੇਰੇ ਜਿਹੜੇ ਪਾਰਲੀਮੈਂਟ ਮੈਂਬਰ ਹੈ ਕਾਂਗਰਸ ਦੇ ਉਹਨਾਂ ਨੂੰ ਮੁਅਤਲੀ ਦਾ ਸਾਹਮਣਾ ਕਰਨਾ ਪਿਆ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਿਹੜਾ ਦੇਸ਼ ਆਬਾਦੀ ਦੇ ਲਿਹਾਜ਼ ਨਾਲ ਛਾਲਾਂ ਮਾਰ ਕੇ ਅੱਗੇ ਵੱਧ ਰਿਹਾ, ਆਮ ਆਦਮੀ ਦੇ ਮੁੱਦਿਆਂ ਦੀ ਗੱਲ ਕੌਣ ਕਰੇਗਾ? ਇਹਨਾਂ ਸਾਰੇ ਮਾਮਲਿਆਂ 'ਤੇ ਸਾਡੇ ਨਾਲ ਚਰਚਾ 'ਚ ਜਿਹੜੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ, ਸਾਹਜੀਤ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ, ਕਾਨਰ ਸਿਟੀ ਸਿੰਘ ਕੰਬੋਜ, ਪੰਜਾਬ ਕਾਂਗਰਸ ਦੇ ਉਪ ਪ੍ਰਧਾਨ, ਸਾਡੇ ਸੀਨੀਅਰ ਜਰਨਲਿਸਟ ਅਤੇ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਸਰਵਜੀਤ ਪੰਦੇਰ। ਮੈਂ ਤਿੰਨਾਂ ਮਹਿਮਾਨਾਂ ਨੂੰ ਜੀਆਂ ਆਖਦਾ। ਗਰੇਵਾਲ ਸਾਹਿਬ, ਅੱਜ ਦੀ ਡਿਬੇਟ ਦਾ ਜਿਹੜਾ ਮੁੱਦਾ ਆਪਾਂ ਤੁਹਾਡੇ ਨਾਲ ਸ਼ੁਰੂ ਕਰਨ ਲੱਗਿਆ, ਜਿੱਦਾਂ ਮੈਂ ਸ਼ੁਰੂ 'ਚ ਇਸ ਗੱਲ ਦਾ ਗੱਲ ਚਰਚਾ ਕੀਤੀ ਹੈ ਕਿ 21 ਜੁਲਾਈ ਨੂੰ ਜਿਹੜਾ ਹੈ ਮੌਨਸੂਨ ਸੈਸ਼ਨ ਸ਼ੁਰੂ ਹੋਇਆ, ਉਹਦੇ 'ਚ ਆਏ ਦਿਨ ਕੋਈ ਨਾ ਕੋਈ ਹੰਗਾਮੇ ਹੁੰਦੇ ਨਜ਼ਰ ਆ ਰਿਹਾ, ਲੱਗਦਾ ਕਿ ਵਿਰੋਧੀ ਧਿਰ ਦੀ ਵਜ੍ਹਾ ਕਰਕੇ ਸਾਰਾ ਕੁਝ ਵਾਪਰ ਰਿਹਾ। ਇਸ ਤਰ੍ਹਾਂ ਜਗਤਾਰ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਕੋਈ ਵੀ ਦੇਸ਼, ਕੋਈ ਵੀ ਸੰਸਥਾ ਜੀ, ਅਨੁਸ਼ਾਸਨ ਤੋਂ ਬਿਨਾਂ ਨਹੀਂ ਚੱਲ ਸਕਦੀ। ਅੱਜ ਬੜੀ ਮੰਦਭਾਗੀ ਘਟਨਾ ਕਿ ਕੁਛ ਮੈਂਬਰ ਪਾਰਲੀਮੈਂਟਸ ਨੂੰ ਡਿਸਿਪਲਿਨ ਦੀ ਵਜ੍ਹਾ ਕਰਕੇ ਉੱਥੋਂ ਸਸਪੈਂਡ ਕਰਨਾ ਪਿਆ ਜੀ ਜੀ। ਔਰ ਇਸ ਤਰਫ ਕਿਉਂਕਿ ਪਾਰਲੀਮੈਂਟ ਜਿਹੜੀ ਆ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ। ਓਕੇ, ਮੈਂ ਤੁਹਾਡੇ ਵਾਲੇ ਇਸ ਮੁੱਦੇ ਤੇ ਆਉਣਾ ਪ੍ਰਦੇਸ਼ ਸਾਹਿਬ, ਮੈਂ ਬੀਂਗ ਏ ਜਰਨਲਿਸਟ, ਮੈਂ ਤੁਹਾਡੇ ਵੱਲ ਇੱਕੋ ਚੀਜ਼ ਹੋਰ ਨਹੀਂ, ਇਸੇ ਮੁੱਦੇ 'ਤੇ ਆ ਰਹੇ ਮੈਂ ਤੁਹਾਡੇ ਵੱਲ। ਬੀਂਗ ਏ ਜਰਨਲਿਸਟ, ਮੇਰੇ ਖਿਆਲ ਪਾਰਲੀਮੈਂਟ ਦੇ ਇਤਿਹਾਸ 'ਚ ਬਹੁਤ ਘੱਟ ਮੌਕੇ ਹੁੰਦੇ ਆ ਜਦੋਂ ਪਾਰਲੀਮੈਂਟ ਮੈਂਬਰਾਂ ਨੂੰ ਸਸਪੈਂਡ ਕੀਤਾ ਜਾਂਦਾ, ਤੁਹਾਡੀ ਕੀ ਰਾਏ ਇਹਦੇ ਬਾਰੇ? ਸਿੱਧੂ ਸਾਹਿਬ, ਬਿਲਕੁਲ, ਜਿਹੜਾ ਜੋ ਅੱਜ ਹੋਇਆ ਪਾਰਲੀਮੈਂਟ ਦੇ ਵਿੱਚ, ਇਹਦੇ 'ਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ ਜੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਮੈਂ ਜੇ ਆਪਾਂ ਦੇਖੀਏ, ਧਿਆਨ ਦੇਈਏ, ਜਿੱਥੇ ਵੀ ਪ੍ਰੋਟੈਸਟ ਕੋਈ ਹੁੰਦਾ, ਪ੍ਰੋਟੈਸਟ ਨੂੰ ਇੰਝ ਹੀ ਡੀਲ ਕੀਤਾ ਜਾਂਦਾ। ਜੇ ਤਾਂ ਗਲੀ ਮੁਹੱਲੇ ਦੇ ਵਿੱਚ ਹੋਵੇ ਜਾਂ ਚੌਂਕਾਂ 'ਚ ਦੇ ਵਿੱਚ ਲੋਕ ਉਤਰੇ ਹੁੰਦੇ, ਉੱਥੇ ਆਪਾਂ ਜਿਹੜੀ ਪੁਲਿਸ ਹੁੰਦੀ ਆ ਉਹ ਅਥਰੂ ਗੈਸ ਕਰਦੀ ਆ, ਕਦੇ ਲਾਠੀ ਚਾਰਜ ਕਰਦੀ ਆ, ਕਦੇ ਕਦੇ ਗੋਲੀ ਚਲਾ ਦਿੰਦੀ ਆ ਜੀ ਜੀ। ਅਤੇ ਅੱਜ ਪਾਰਲੀਮੈਂਟ ਦੇ ਵਿੱਚ ਮੇਰੇ ਲੱਗਦਾ ਹਿਸਾਬ ਨਾਲ ਵੀ ਪ੍ਰੋਟੈਸਟਿੰਗ ਮੈਂਬਰ ਦੇ ਨਾਲ ਇਹੀ ਹੋਇਆ। ਪਰ ਜਿਹੜੀ ਕਮਾਲ ਦੀ ਗੱਲ ਜਿਹੜੀ ਇਹ ਆ ਕਿ ਹਿੰਦੁਸਤਾਨ ਆਪਣੇ ਆਪ ਨੂੰ ਸੁਪਰ ਪਾਵਰ ਕਹਿੰਦਾ ਹੋਇਆ ਔਰ ਉਹਦੀ ਜਿਹੜੀ ਪਾਰਲੀਮੈਂਟ ਹੈ ਉਹ ਸਭ ਤੋਂ ਵੱਡੀ ਪਾਰਲੀਮੈਂਟਾਂ ਦੇ ਵਿੱਚੋਂ ਹੋਣ ਦੇ ਬਾਵਜੂਦ ਉਹਦਾ ਹਾਂਜੀ ਉਹਦਾ ਜਲੂਸ ਪਬਲਿਕ ਮੀਡੀਆ ਦੇ ਉੱਤੇ ਇਸ ਤਰ੍ਹਾਂ ਨਿਕਲਦਾ ਹੋਵੇ, ਹੋਰ ਮੈਨੂੰ ਕਿਸੇ ਕੋਈ ਮਿਸਾਲ ਨਹੀਂ ਮਿਲਦੀ ਜਿਹੜੀ ਇਹਨਾਂ ਦੇ। ਜਿਸ ਤਰ੍ਹਾਂ ਅਸੀਂ ਦੇਖੀਏ ਜਿਵੇਂ ਇੰਗਲੈਂਡ ਦੀ ਪਾਰਲੀਮੈਂਟ ਹੈ, ਓਕੇ, ਮੈਂ ਅੱਜ ਹੀ ਪੜ੍ਹ ਰਿਹਾ ਸੀ, ਮੈਨੂੰ ਇੱਕ ਫੇਸਬੁੱਕ 'ਤੇ ਕਿਸੇ, ਮੈਂ ਆਪ ਨਹੀਂ ਉਹਨੂੰ ਆਈ ਥਿੰਕ ਉਹਨੂੰ ਪੂਰੀ ਉਹਦੀ ਘੋਖ ਕਰ ਸਕਿਆ ਜੀ ਜੀ, ਪਰ ਇੱਕ ਬੜੇ ਜ਼ਿੰਮੇਦਾਰ ਆਦਮੀ ਨੇ ਲਿਖਿਆ ਸੀ ਕਿ ਅੱਜ ਇਤਿਹਾਸ ਹੈ ਕਿ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਹੈ ਉਹ ਕਦੇ ਵੀ ਐਡਜਰਨ ਨਹੀਂ ਹੋਈ, ਔਰ ਉਹਨਾਂ ਦਾ ਆਪਸ ਇਸ ਤਰ੍ਹਾਂ ਉਹ ਬਹਿਸ ਦੇ ਉੱਤੇ ਜ਼ਿਆਦਾ ਜਿਹੜਾ ਹੈਗੀ ਉਹਨਾਂ ਦੀ ਤਰਜੀਹ ਹੁੰਦੀ ਹੈ। ਜਿਹੜਾ ਉਸੇ ਤਰ੍ਹਾਂ US ਦਾ ਜਿਹੜਾ ਹਾਊਸ ਆਫ ਰਿਪ੍ਰੈਜੈਂਟੇਟਿਵ ਹੈਗਾ ਜਾਂ ਉਹਨਾਂ ਦਾ, ਉਹਦੇ ਵਿੱਚ ਨਹੀਂ ਇਹੋ ਜਿਹੀ, ਮੈਨੂੰ ਤਾਂ ਇਹ ਵੀ ਲੱਗਦਾ, ਮੈਨੂੰ ਇਹ ਵੀ ਕਦੇ ਕੋਈ ਖਬਰ ਯਾਦ ਨਹੀਂ ਆਈ ਕਿ ਪਾਕਿਸਤਾਨ ਦੀ ਜਿਹੜੀ ਪਾਰਲੀਮੈਂਟ ਹੈ ਜਾਂ ਉਹ ਜਿਹੜੀ ਨੈਸ਼ਨਲ ਅਸੈਂਬਲੀ ਹੈ ਉਹ ਕਦੇ ਡਿਸਰਪਟ ਹੋਈ ਹੋਵੇ ਉਹਦੇ ਵਿੱਚ। ਹਿੰਦੁਸਤਾਨ ਦੀ ਜਿਹੜੀ ਪਾਰਲੀਮੈਂਟ ਆ ਆਲਮੋਸਟ ਪਿਛਲੇ, ਤੁਸੀਂ ਇਹ ਦੇਖ ਲਓ, ਪਿਛਲੀ ਜਿਹੜੀ UPA ਦੀ ਸਰਕਾਰ ਸੀਗੀ ਅਤੇ ਹੁਣ NDA ਦੀ 10-11 ਸਾਲ, ਇਹਦੀ ਜਿਹੜਾ ਇਤਿਹਾਸ ਇਹੀ ਬਣਦਾ ਕਿ ਜੀ ਅੱਜ ਇਹ ਫੇਰ ਬੰਦ ਹੋ ਗਈ। ਓਕੇ ਓਕੇ, ਪੰਦਰ ਸਾਹਿਬ, ਮੈਂ ਆਉਣਾ ਤੁਹਾਡੇ ਵੱਲ। ਗਰੇਵਾਲ ਸਾਹਿਬ, ਤੁਸੀਂ ਜਿਸ ਮੁੱਦੇ 'ਤੇ ਕਹਿ ਰਹੇ ਸੀ ਕਿ ਜਿਹੜੇ 25 ਪਾਰਲੀਮੈਂਟ ਮੈਂਬਰ ਜਿਹੜੇ ਸਸਪੈਂਡ ਕੀਤੇ ਗਏ, ਤੁਹਾਨੂੰ ਬੜਾ ਅਫਸੋਸ ਹੈ ਇਸ ਮੁੱਦੇ 'ਤੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਸ ਤਰ੍ਹਾਂ ਜਿਹੜੇ ਸਾਡੇ ਇਸ ਵੇਲੇ ਯੂਥ ਵੋਟਰ ਜਿਹੜੇ ਆ ਸਭ ਤੋਂ ਜ਼ਿਆਦਾ ਨੇ ਜੀ, ਹਿੰਦੁਸਤਾਨ ਇੱਕ ਤਰ੍ਹਾਂ ਦਾ ਨੌਜਵਾਨ ਦੇਸ਼ ਆ, ਉਹ ਜਿਹੜੇ ਆ ਉਹ ਦੇਸ਼ ਦੀ ਸੰਸਦ ਤੋਂ ਕੀ ਪ੍ਰੇਰਣਾ ਲੈਣਗੇ ਔਰ ਦੁਨੀਆ ਦੇ ਲੋਕ ਸਾਡੇ ਲਈ ਕੀ ਕਹਿਣਗੇ? ਅਨੁਸ਼ਾਸਨ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ ਔਰ ਅਨੁਸ਼ਾਸਨ ਤੋਂ ਬਿਨਾਂ ਨਾ ਦੇਸ਼ ਅੱਗੇ ਵੱਧ ਸਕਦਾ, ਨਾ ਹੀ ਇਹ ਲੋਕ ਸਭਾ ਔਰ ਰਾਜ ਸਭਾ ਚੱਲ ਸਕਦੀ ਜੀ ਜੀ। ਅਤੇ ਇਸ ਲਈ ਮੈਂ ਸਮਝਦਾ ਕਿ ਬੜੀ ਮੰਦਭਾਗੀ ਗੱਲ ਆ ਔਰ ਇਹ ਜ਼ਰੂਰ ਕਾਇਮ ਕਰਨਾ ਚਾਹੀਦਾ, ਸਾਰੇ ਪੋਲੀਟੀਸ਼ੀਅਨ ਨੂੰ ਮਿਲ ਕੇ ਇਹਦੇ 'ਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ। ਗਰੇਵਾਲ ਸਾਹਿਬ, ਜਦੋਂ ਕਹਿੰਦੇ ਆ ਕਿ ਅਨੁਸ਼ਾਸਨ ਜਿਹੜਾ ਜ਼ਰੂਰ ਕਾਇਮ ਰੱਖਣਾ ਚਾਹੀਦਾ, ਮੰਦਭਾਗੀ ਗੱਲ ਹੈ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਸਵਾਲ ਇਹ ਪੈਦਾ ਹੁੰਦਾ, ਜਦੋਂ BJP ਵਿਰੋਧੀ ਧਿਰ ਦੇ ਵਿੱਚ ਸੀ,
बीजेपी ने लंबा समा जिहड़ा कि सैशन नहीं चलन दिते, आए दिन उत्थे डिसप्शन हुंदी रही है, तां उही बीजेपी जदों रूलिंग ग्रुप च आ गई है तां कहिंदे अनुशासन रहना चाहिए। इस तरह जी मैं बीजेपी ने की किया, मैं ठीक है बीजेपी का लीडर हैगा, मैंबर हैगा, वर्कर हैगा, पर जे एक गलती करता दूसरे नूं भी वह गलती दोहरानी नहीं चाहिए। और दूसरी गल जिहड़ी आ लोक सभा जां जिथे भी लोकतंत्र है उत्थे संवादहीनता जिहड़ी आ उह बहुत ज़्यादा खतरनाक हुंदी, नुकसानदेह है। आपस च चर्चा होनी, संवाद होना बहुत जरूरी हुंदा, ते उह चर्चा होवे लोक सभा और राज्य सभा इसे करके बने ने। बिल जे तुसीं बनाउणे आ अच्छी दिशा नूं देश नूं लैके जाणा और तुसीं कोई दिशा देनी है, उहदी दिशा बदलनी है, विकास करना, उह तदी कर सकदे हो जे उत्थे चर्चा करोगे और अच्छे कानून बणाओगे। ओके ग्रेवाल जी, जिहड़ा संवाद होण नहीं दित्ता जाए कर्नल सिटी जिहड़ा इहनां दा गल कहिणा कमोसा कि भई संवाद नहीं हो रहा, उहदे ते कहदे भी कांग्रेस नूं की समस्या हैगी है कि क्यों नहीं सैशन चलन दित्ता जा रहा। पहली गल तां सिद्धू साहब मेरे हिसाब नाल जी अज दा दिन हिंदुस्तान की पार्लीमेंट लिए काले अखरां च लिखा जाएगा। इदां दीआं गलत रवायतां जिहड़ियां बीजेपी पहलां भी पाउंदी रही है, अज उन्होंने उहदे विच एक नवां चैप्टर खोलिया कि एक 27 बंदे उत्थे सी, 27 दे 27 5 दिन लई सस्पेंड कर दिते। ये मेरे हिसाब नाल बड़ी रवायत गलत शुरू हुई है। मार्च 18, 2011 NDTV दे उत्ते अरुण जेटली साहब ने कहा जी the onus lies on the government to run the parliament. It is the main responsibility of the government. They have to come out with the strategy to ensure that the parliament function. ke sarkar di zimmewari hai parliament chalana te ohna nu koi strategy banoni chahidi hai jede naal parliament challe, kyunki ohna ne sare session de vich parliament challan nahi si ditti, ohna ne keha sadi zimmewari nahi ji ji inna di zimmewari ajj ਉਹ ਹੀ ਬੀਜੇਪੀ ਜਿਹੜੀ ਅੱਜ ਇਹਨਾਂ ਦੀ ਸਰਕਾਰ ਹੈ ਅਤੇ ਇਹਨਾਂ ਨੇ ਸਟ੍ਰੈਟਜੀ ਕੀ ਕੀਤੀ ਕਿ ਸਾਰਿਆਂ ਨੂੰ ਫੜ ਕੇ ਬਾਹਰ ਕੱਢ ਦਿਓ, ਇਹ ਸਟ੍ਰੈਟਜੀ ਹੈ ਜੀ ਜੀ। ਇਹ ਕਾਂਗਰਸ ਦੇ ਉੱਤੇ ਇੰਦਰਾ ਗਾਂਧੀ ਜੀ ਦੇ ਉੱਤੇ ਇਹ ਹਮੇਸ਼ਾ ਬਲੇਮ ਕਰਦੇ ਰਹੇ ਕਿ ਐਮਰਜੈਂਸੀ ਲਾਈ, ਡੈਮੋਕ੍ਰੇਸੀ ਦੀ ਹੱਤਿਆ ਕੀਤੀ। ਮੈਂ ਕਹਿੰਦਾ ਕਿ ਅੱਜ ਵਾਲਾ ਜਿਹੜਾ ਫੰਕਸ਼ਨ ਹੈ ਜੋ ਹੋਇਆ ਹੈ ਉੱਥੇ, ਇਟ ਇਜ਼ ਮੋਸਟ ਆਟੋਕ੍ਰੈਟਿਕ, ਮੋਸਟ ਅਨਡੈਮੋਕ੍ਰੈਟਿਕ, ਐਂਡ ਇਟ ਵਿਲ ਲੀਡ ਟੂ ਵੈਰੀ ਵੈਰੀ ਬੈਡ ਰਿਜ਼ਲਟਸ। ਓਕੇ ਗਰੇਵਾਲ ਜੀ, ਇਹਨਾਂ ਦਾ ਕਹਿਣਾ ਕਿ ਜਮਹੂਰੀ ਦੀ ਹੱਤਿਆ ਜਿਹੜੇ ਆ ਜਾਏ ਵੀ, ਜਿਹਨਾਂ ਤੁਸੀਂ ਕਹਿ ਰਹੇ ਕਿ ਡਿਸਪਲਿਨ ਲਾਗੂ ਕੀਤਾ ਜਾਵੇ, ਸਾਹਿਬ ਸਾਹਿਬ ਸ਼ਾਇਦ ਭੁੱਲ ਗਏ ਨੇ ਜੀ, ਇਹ ਕਾਂਗਰਸ ਦੇ ਟਾਈਮ 'ਤੇ ਵੀ ਮੈਂਬਰ ਪਾਰਲੀਮੈਂਟ ਸਸਪੈਂਡ ਕੀਤੇ ਗਏ ਸੀ, ਉਦੋਂ ਵੀ ਉਹ ਡੈਡ ਲੋਕ ਜਿਹੜਾ ਸੀ ਬੜੀ ਮੁਸ਼ਕਲ ਨਾਲ ਦੂਰ ਹੋਇਆ ਸੀ, ਖਤਮ ਹੋਇਆ ਸੀ। ਔਰ ਇਹ ਇੱਕ ਦੂਜੇ ਨੂੰ ਬਲੇਮ ਕਰਨਾ ਜਿਹੜਾ ਡੈਮੋਕ੍ਰੇਸੀ 'ਚ, ਉਹ ਘਟਨਾਵਾਂ ਵੀ ਯਾਦ ਰੱਖਣੀਆਂ ਚਾਹੀਦੀਆਂ ਨੇ ਔਰ ਐਮਰਜੈਂਸੀ ਨੂੰ ਵੀ ਯਾਦ ਰੱਖਣਾ ਚਾਹੀਦਾ ਜਦੋਂ ਲੋਕਤੰਤਰ ਦੀ ਹੱਤਿਆ ਹੀ ਹੋ ਗਈ ਸੀ। ਮੈਂ ਸਮਝਦਾ, ਮੈਂ ਇਸੇ ਕਰਕੇ ਡਿਬੇਟ ਸਿੱਧੀ ਤਰਫ ਜਾਵੇ, ਦਰਸ਼ਕਾਂ ਨੂੰ ਸਵਸਥ ਸੋਚ ਮਿਲੇ, ਉਸੇ ਲਈ ਮੈਂ ਗੱਲ ਕਰ ਰਿਹਾ ਕਿ ਲੋਕ ਸਭਾ ਰਾਜ ਸਭਾ ਚੱਲਣੀ ਚਾਹੀਦੀ ਹੈ ਔਰ ਇਹਦੇ ਨਾਲ ਦੇਸ਼ ਦਾ ਨੁਕਸਾਨ ਹੁੰਦਾ, ਦੇਸ਼ ਦੇ ਲੋਕਾਂ ਦਾ ਵੀ ਨੁਕਸਾਨ ਹੁੰਦਾ ਔਰ ਉਹਦੇ 'ਚ ਅੱਜ ਜਿਹੜੀ ਸਮੱਸਿਆ ਹੈਗੀ ਹੈ ਸਾਡੇ, ਉਹ ਡਿਸਪੈਰਿਟੀ ਹੈ, ਅਸਮਾਨਤਾ ਵੱਧ ਰਹੀ ਹੈ ਔਰ ਸਰਮਾਇਆ ਚੰਦ ਹੱਥਾਂ 'ਚ ਇਕੱਠਾ ਹੋ ਰਿਹਾ। ਇਹ ਨਰਸਿਮਹਾ ਰਾਓ ਦੇ ਟਾਈਮ ਤੋਂ ਇਸ ਤਰ੍ਹਾਂ ਦੀਆਂ ਪੋਲਿਸੀ ਚੱਲ ਪਈਆਂ ਨੇ, ਉਸ ਦੇ ਉੱਪਰ ਚਰਚਾ ਕਰਕੇ ਉਹ ਜ਼ਰੂਰ ਠੀਕ ਕਰਨਾ ਚਾਹੀਦਾ, ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਏਗਾ ਔਰ ਕਿਸਾਨ ਦੀ ਬਹੁਤ ਭਿਅੰਕਰ ਸਮੱਸਿਆ ਜਿਹਦਾ ਹੱਲ ਕੋਈ ਨਹੀਂ ਹੈ। ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ, ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ ਕਿ ਸੰਸਦ ਦੇ ਵਿੱਚ ਜਿਹੜੀ ਖੜੋਤ ਆ ਰਹੀ ਹੈ ਉਹਦੇ ਲਈ ਕਿਹੜੀਆਂ ਧਿਰਾਂ ਜ਼ਿੰਮੇਵਾਰ ਹੈ ਅਤੇ ਆਮ ਆਦਮੀ ਦਾ ਇਸ ਹਾਲਾਤ ਦੇ ਵਿੱਚ ਕੀ ਬਣੇਗਾ। ਬ੍ਰੇਕ ਤੋਂ ਬਾਅਦ ਆਪਣੇ ਮਹਿਮਾਨਾਂ ਕੋਲ ਇਹਨਾਂ ਇਸ਼ੂਜ਼ ਨੂੰ ਲੈ ਕੇ ਮੁੜ ਹਾਜ਼ਰ ਹੁੰਦੇ ਹਾਂ। ਗਲੋਬਲ ਪੰਜਾਬ TV ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਕਰਨ ਸਾਹਿਬ, ਆਪਾਂ ਬ੍ਰੇਕ ਲੈਣ ਤੋਂ ਪਹਿਲਾਂ ਇਸ ਮੁੱਦੇ 'ਤੇ ਚਰਚਾ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਇਸ ਮੁੱਦੇ ਨਾਲ ਮੈਂ ਸਹਿਮਤ ਹਾਂ ਕਿ ਦੇਸ਼ ਦਾ ਨੁਕਸਾਨ ਹੈ, ਪਰ ਕਾਂਗਰਸ ਦਾ ਵਿਊ ਪੁਆਇੰਟ ਕੀ ਹੈ? ਕਾਂਗਰਸ ਦਾ ਵਿਊ ਪੁਆਇੰਟ ਇਹ ਹੈ ਜੀ ਕਿ ਤੁਸੀਂ ਨਟਵਰ ਸਿੰਘ ਤੋਂ ਅਸਤੀਫਾ ਲਿਆ, ਉਹ ਐਕਸਟਰਨਲ ਅਫੇਅਰ ਮਿਨਿਸਟਰ ਸੀਗੇ, 6 ਦਸੰਬਰ 2005 ਦੀ ਗੱਲ ਹੈ ਜੀ, ਔਰ ਸੋਨੀਆ ਗਾਂਧੀ ਨੇ ਕਿਹਾ ਕਿ
ਤੁਹਾਡੇ ਤੇ ਇਲਜ਼ਾਮ ਹੈ, ਹਾਲੇ ਉਹ ਬਾਹਰ ਹੀ ਸੀ ਤੇ ਉਹਨਾਂ ਨੂੰ ਮਿਲੇ ਵੀ ਨਹੀਂ ਕਿ ਪਹਿਲਾਂ ਅਸਤੀਫਾ ਦਿਓ। ਜੀ ਜੀ, April 1, 1992 ਨਰਸਿਮਹਾ ਰਾਓ ਸਾਹਿਬ ਨੇ ਮਾਧਵ ਰਾਓ ਸੋਲੰਕੀ ਕੋਲੋਂ ਲਿਆ ਜਦੋਂ ਐਕਸਟਰਨਲ ਅਫੇਅਰ ਮਿਨਿਸਟਰ ਸੀ ਕਿ ਅਸਤੀਫਾ ਦਿਓ, ਤੁਹਾਡੇ ਉੱਤੇ ਇਲਜ਼ਾਮ ਲੱਗੇ। ਇਹਨਾਂ ਲੋਕਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਕਿਹਾ ਕਿ ਰਿਜ਼ਾਈਨ ਕਰੋ, ਪੂਰਾ ਬਜਟ ਸੈਸ਼ਨ ਨਹੀਂ ਚੱਲਣ ਦਿੱਤਾ ਕਿ ਪਹਿਲਾਂ ਉਹ ਰਿਜ਼ਾਈਨ ਕਰਨ। ਜੀ ਜੀ, ਪਵਨ ਬਾਂਸਲ ਔਰ ਅਸ਼ਵਨੀ ਕੁਮਾਰ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਪੂਰਾ ਸੈਸ਼ਨ ਨਹੀਂ ਚੱਲਣ ਦਿੱਤਾ। ਸੁਸ਼ਮਾ ਸਵਰਾਜ ਨੇ ਕਿਹਾ ਔਰ ਉਹਨਾਂ ਨੇ ਅਸਤੀਫੇ ਦਿੱਤੇ। ਜੀ, ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ਇਹ ਚੱਲ ਸਕਦਾ ਸੀ ਜੇ ਸਾਡੀ ਗੱਲ ਪਹਿਲਾਂ ਮੰਨ ਲੈਂਦੇ, ਅਸਤੀਫਾ ਦੇ ਦਿੰਦੇ। ਜੇ ਸਾਡੇ ਮੰਤਰੀ ਜੇ ਅਸਤੀਫਾ ਦਿੰਦੇ ਨੇ ਇਹਨਾਂ ਦੇ ਕਹਿਣ ਦੇ ਉੱਤੇ ਔਰ ਇਹਨਾਂ ਦੇ ਪਾਰਲੀਮੈਂਟ ਬੰਦ ਕਰਨ ਦੇ ਉੱਤੇ, ਤਾਂ ਮੈਨੂੰ ਇਹ ਦੱਸੋ ਕਿ ਅੱਜ ਐਡੇ ਐਡੇ ਵੱਡੇ ਇਲਜ਼ਾਮ ਲੱਗੇ ਹੋਏ ਨੇ, ਵਿਆਪਮ ਦਾ ਕੇਸ ਵਰਗਾ ਮਨ ਪਿਆਗਾ ਕੇਸ ਕਿਤੇ ਨਹੀਂ ਹੋਇਆ ਹੋਣਾ, ਜਿੱਥੇ ਪਤਾ ਨਹੀਂ ਕਿੰਨੇ ਕਰੋੜਾਂ ਰੁਪਏ ਦਾ ਘਪਲਾ ਅਤੇ 50 ਤੋਂ ਉੱਪਰ ਜਿਹੜੇ ਗਵਾਹ ਨੇ ਉਹ ਮਰ ਚੁੱਕੇ ਨੇ, ਤਾਂ ਤੁਸੀਂ ਉਹਨਾਂ ਕੋਲੋਂ ਅਸਤੀਫਾ ਨਹੀਂ ਲੈਂਦੇ? ਪਰ ਕਹਿੰਦੇ ਸਰ, ਇਹਨਾਂ ਦਾ ਕਹਿਣਾ ਵੀ ਇਹ ਘਪਲੇ ਤਾਂ ਕਾਂਗਰਸ ਦੇ ਰਾਜ 'ਚ ਵੀ ਬਹੁਤ ਹੋਏ ਆ। ਕਰੈਕਟ, ਮੈਂ ਨਹੀਂ ਮੰਨਦਾ ਕਿ ਘਪਲੇ ਨਹੀਂ ਹੋਏ। ਜੀ, ਪਰ ਇਹਨਾਂ ਦੇ ਜ਼ਿੱਦ ਕਰਨ ਦੇ ਉੱਤੇ ਉਹਨਾਂ ਲੋਕਾਂ ਨੇ ਅਸਤੀਫੇ ਦਿੱਤੇ। ਜੇ ਇਹ ਸਾਫ਼ ਸੁਥਰੇ ਹੋਣਗੇ, ਪਵਨ ਬਾਂਸਲ ਜੀ ਦੇ ਉੱਤੇ, ਅਸੀਂ ਗਰੇਵਾਲ ਸਾਹਿਬ, ਪਵਨ ਬਾਂਸਲ ਜੀ ਦੇ ਉੱਤੇ ਕੀ ਕੇਸ ਸੀ? ਉਹ ਕੇਸ ਸੀ ਗਰੇਵਾਲ ਸਾਹਿਬ ਤੋਂ ਜਵਾਬ। ਗਰੇਵਾਲ ਸਾਹਿਬ, ਇਸ ਗੱਲ ਦੀ ਕੀ ਸਮੱਸਿਆ? ਜਿਵੇਂ ਇਹਨਾਂ ਦਾ ਕਹਿਣਾ ਹੈ, ਜੇ ਆਪਾਂ ਗੱਲ ਕਰਦੇ ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ, ਰਾਜਸਥਾਨ ਦੀ ਮੁੱਖ ਮੰਤਰੀ ਦੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ, ਉਹਨਾਂ ਦੇ ਉੱਤੇ ਵੀ ਐਲੀਗੇਸ਼ਨ ਹੈ। ਇਹਨਾਂ ਦਾ ਵੀ ਜੇ ਐਲੀਗੇਸ਼ਨ ਹੈਗੇ ਤਾਂ ਅਸਤੀਫੇ ਦੇਣ, ਜੇ ਸੱਚੇ ਸੁੱਚੇ ਹੋਏ ਤਾਂ ਬਾਅਦ 'ਚ ਵਾਪਸ ਆ ਸਕਦੇ ਆ? ਪਹਿਲੀ ਗੱਲ ਤਾਂ ਮੈਂ ਵਿਆਪਮ ਦੇ ਬਾਰੇ ਦੱਸਦੇ ਹਾਂ ਜੀ, ਕਿ ਮੱਧ ਪ੍ਰਦੇਸ਼ ਦੇ ਅੰਦਰ ਉਹ ਘੁਟਾਲਾ ਜਿਹੜਾ ਸ਼ੁਰੂ ਹੋਇਆ ਉਹ ਦਿਗਵਿਜੇ ਸਿੰਘ ਦੇ ਟਾਈਮ ਤੋਂ ਸ਼ੁਰੂ ਹੋਇਆ, ਔਰ ਜਦੋਂ ਇਹ ਸ਼ਿਵਰਾਜ ਸਿੰਘ ਚੌਹਾਨ ਆਏ, ਇਹਨਾਂ ਨੇ ਆ ਕੇ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣਾਈ ਔਰ ਉਹਦਾ ਮੁਕੱਦਮਾ ਦਰਜ ਹੋਇਆ। ਉਸ ਤੋਂ ਬਾਅਦ ਜਾਂਚ ਸ਼ੁਰੂ ਹੋਈ। ਹੁਣ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਜਿਹੜੇ ਗਵਾਹ ਨੇ ਉਹ ਮਰ ਰਹੇ ਨੇ, ਤਾਂ ਉਹਨਾਂ ਨੇ CBI ਨੂੰ ਕੇਸ ਦਿੱਤਾ, ਇਹਨਾਂ ਦੀ ਡਿਮਾਂਡ 'ਤੇ ਦਿੱਤਾ। ਉਸ ਤੋਂ ਬਾਅਦ ਦੂਸਰੀ ਗੱਲ, ਅੱਜ ਕੀ ਹੋਇਆ ਕਿ ਅੱਜ ਜੈਟਲੀ ਜੀ ਨੇ, ਜਿਸ ਵੇਲੇ ਆਨੰਦ ਸ਼ਰਮਾ ਬੋਲ ਰਹੇ ਸੀ ਇਹਨਾਂ ਦੇ ਗਰੁੱਪ ਲੀਡਰ ਕਾਂਗਰਸ ਦੇ ਜੀ, ਉਹਨਾਂ ਨੇ ਇੱਕਦਮ ਕਿਹਾ ਕਿ ਬਈ ਅਸੀਂ ਬਹਿਸ ਦੇ ਲਈ ਤਿਆਰ ਹਾਂ, ਸੁਸ਼ਮਾ ਜੀ ਆਪਣੀ ਸਟੇਟਮੈਂਟ ਦੇਣਗੇ। ਘੱਟ ਤੋਂ ਘੱਟ ਕਿਸੇ ਨੂੰ ਜਿਹਦੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਸੁਣ ਤਾਂ ਲਓ। ਸੁਸ਼ਮਾ ਜੀ ਨੇ ਇੰਨਾ ਹੀ ਕਿਹਾ ਸੀ ਕਿ ਵੀ ਮੈਂ ਕਦੇ ਵੀ ਰਿਕਮੈਂਡੇਸ਼ਨ ਨਹੀਂ ਕੀਤੀ ਉਹਦੇ ਉਹਨੂੰ ਡਾਕੂਮੈਂਟਸ ਦੇਣ ਦੇ ਬਾਰੇ, ਹਾਂ, UK ਦੀ ਗੌਰਮੈਂਟ ਨੂੰ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੇ ਸੁਣਿਆ ਨਹੀਂ, ਇਹ ਸਭ ਉੱਠ ਗਏ ਔਰ ਸ਼ੋਰ ਸ਼ਰਾਬਾ ਸ਼ੁਰੂ ਕਰ ਦਿੱਤਾ। ਜਦੋਂ ਤੱਕ ਤੁਸੀਂ ਚਰਚਾ ਨਹੀਂ, BJP ਆਪਣੇ ਸਮੇਂ 'ਚ ਸਾਡੇ ਮੰਤਰੀਆਂ ਦੇ ਅਸਤੀਫੇ ਲੈਂਦੀ ਰਹੀ ਹੈ ਤੇ ਹੁਣ ਜਦੋਂ ਚਰਚਾ ਸ਼ੁਰੂ ਹੋ ਗਈ ਹੈ ਉਹਦੇ ਦੋਸ਼ ਤਾਂ ਸਿੱਧ ਕਰਦੇ ਹੋ, ਉਸ ਤੋਂ ਬਿਨਾਂ ਕਾਹਦਾ ਰਿਜ਼ਾਈਨ ਕਰਨਾ? ਉਹ ਕਹਿੰਦੇ ਮੈਂ ਕੁਝ ਕੀਤਾ ਨਹੀਂ ਹੈ। ਔਰ ਉਸ ਤੋਂ ਬਾਅਦ ਅੱਜ ਸੁਣੋ ਗੱਲ ਹੋਰ, ਮੈਂ ਵਿੱਚ ਗੱਲ ਕਹਿੰਦੇ ਹਾਂ, ਜਿੰਨੀਆਂ ਦੂਸਰੀਆਂ ਪਾਰਟੀਆਂ ਨੇ, ਸਮਾਜਵਾਦੀ ਨੇ, ਬਾਕੀ ਨੇ, ਉਹ ਉਸ ਨੂੰ ਚੱਲਣ ਦੇਣਾ ਚਾਹੁੰਦੇ ਆ, ਲੋਕ ਸਭਾ ਰਾਜ ਸਭਾ ਨੂੰ ਚੱਲਣ ਦੇਣਾ ਚਾਹੁੰਦੇ ਆ, ਬਾਕੀ ਸਾਰੇ ਬਹੁਤ ਸਾਰੇ ਰਾਜਨੀਤਿਕ ਦਲ, ਮਗਰ ਇੱਕ ਕਾਂਗਰਸ ਆ ਜਿਸ ਦੀ ਇਹ ਜਿੱਦ ਆ। ਓਕੇ, ਪੋਲੀਟੀਕਲ ਪਾਰਟੀਆਂ ਜੀ, ਸਿਰਫ ਇਹਨਾਂ ਦੇ ਥੋੜ੍ਹੇ ਬਹੁਤ MP ਜਿੰਨੇ ਆਏ ਆ ਇਸ ਵਾਰ, ਓਪੋਜੀਸ਼ਨ ਦਾ ਦਰਜਾ ਵੀ ਨਹੀਂ ਮਿਲਿਆ, ਉਹ ਹੀ ਨਹੀਂ ਚੱਲਣ ਦੇਣਾ ਚਾਹੁੰਦੇ, ਉਹ ਵੀ ਬਾਹਰ ਕੱਢ ਦਿੱਤੇ ਗਏ। ਨਹੀਂ, ਉਹ ਆਪਣੇ ਆਪ ਨਿਕਲ ਗਏ, ਡਿਸਿਪਲਿਨ ਨਹੀਂ ਚਿਣੇ ਨਾ ਦਿੰਦੇ, ਅਨੁਸ਼ਾਸਨ ਦਾ ਮੰਨਣਾ ਜ਼ਰੂਰੀ ਹੈ। ਇਹ ਕਹਿੰਦੇ ਸਾਹਿਬ ਕਹਿੰਦੇ ਵੀ ਆਪਣੇ ਆਪ ਗਏ ਆ ਬਾਹਰ, ਜਿਹੜਾ ਤੁਸੀਂ ਰਹਿਣਾ ਨਹੀਂ ਚਾਹੁੰਦੇ। ਇਹ ਜ਼ਿੱਦੀ ਗੱਲ ਕਰਦੇ, ਜ਼ਿੱਦ ਦਾ ਭਾਜੀ ਨਰਮ ਜਿਹਾ ਅੱਖਰ ਹੈ, ਇਹਨਾਂ ਦੀ ਹੈਂਕੜਬਾਜ਼ੀ ਹੈ, ਇਹਨਾਂ ਨੂੰ ਆਕੜ ਹੈ, ਇਹਨਾਂ ਨੂੰ ਆਪਣੇ ਆਪ ਦੇ ਉੱਤੇ ਇਹਨਾਂ ਹੋਮੇ ਆ ਗਿਆ। ਤੁਸੀਂ ਦੇਖੋ ਰਾਜਨਾਥ ਕੀ ਹੁਣੇ ਕੀ ਕਹਿੰਦੇ ਨੇ, ਹੋਮ ਮਿਨਿਸਟਰ ਨੇ, ਕਹਿੰਦੇ ਇਹ ਤਾਂ UPA ਦੀ ਗੌਰਮੈਂਟ ਹੈ ਜਿਹਦੇ ਮਿਨਿਸਟਰ ਅਸਤੀਫਾ ਦੇ ਦਿੰਦੇ, NDA ਦੀ ਗੌਰਮੈਂਟ 'ਚ ਕੋਈ ਮੰਤਰੀ ਅਸਤੀਫਾ ਨਹੀਂ ਦੇਵੇਗਾ। ਇਸ ਤੋਂ ਵੱਡਾ ਹੰਕਾਰਿਆ ਹੋਇਆ ਜਿਹੜਾ ਬਿਆਨ ਹੈ, ਓਕੇ ਕੌਣ ਦੇ ਸਕਦਾ? ਦੱਸੋ ਭਾਜੀ ਕਨ ਸਾਹਿਬ, ਪੰਦੇਸ ਸਾਹਿਬ ਕਾਫੀ ਦੇਰ ਤੋਂ ਇਸ ਮੁੱਦੇ 'ਤੇ, ਪੰਦੇਸ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਇੱਦਾਂ ਦੀ ਸਿਚੁਏਸ਼ਨ ਕਿ ਪੋਲੀਟੀਕਲ ਪਾਰਟੀਆਂ ਆਪਣੀ ਸੁਵਿਧਾ ਮੁਤਾਬਕ ਪੈਂਤੜੇ ਬਦਲਦੀਆਂ ਰਹਿੰਦੀਆਂ, ਕਦੋਂ ਅਸਤੀਫਾ ਦੇਣਾ, ਕਦੋਂ ਨਹੀਂ ਦੇਣਾ, ਕਦੋਂ ਸੱਚ ਹੈ? ਐਗਜੈਕਟਲੀ, ਦੋ ਐਜੀਟੇਸ਼ਨ, ਬਹੁਤ ਵੱਡੀ ਐਜੀਟੇਸ਼ਨ ਦੇਸ਼ ਦੇ ਵਿੱਚ ਹੋਈ। ਅੰਨਾ ਹਜ਼ਾਰੇ ਨੇ ਕੀਤੀ ਲੋਕਪਾਲ ਦੇ ਉੱਤੇ, ਓਕੇ, ਦੋਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਕਿ ਉਹਦੀ ਐਜੀਟੇਸ਼ਨ ਆਪਾਂ ਫੇਲ ਕਰ ਦੇਣੀ ਆ, ਔਰ ਉਹ ਬਜ਼ੁਰਗ ਆਦਮੀ ਉਹਦੇ ਨਾਲ ਲੋਕ ਵੀ ਜੁੜ ਗਏ, ਅੱਜ ਉਹ ਲੋਕਪਾਲ ਬਣਿਆ ਹੁੰਦਾ। ਕਿਸੇ ਮਿਨਿਸਟਰ ਦੇ ਖਿਲਾਫ ਕਿਸੇ ਦੇ ਸਾਹਮਣੇ ਤੁਸੀਂ ਉਹਦੀ ਪਟੀਸ਼ਨ ਕਰਦੇ, ਉਹਦੀ ਟ੍ਰਾਇਲ ਸਟਾਰਟ ਹੁੰਦੀ ਔਰ ਉਹ ਨਿਆਂ ਤੱਕ ਜਾਂਦਾ ਅਤੇ ਤੁਹਾਡੀ ਪਾਰਲੀਮੈਂਟ ਆਪਣੇ ਇੱਕ ਲੈਵਲ 'ਤੇ ਚੱਲਦੀ ਹੁੰਦੀ। ਦੋਨੋਂ ਪਾਰਟੀਆਂ ਉਦੋਂ ਇਕੱਠੀਆਂ ਹੋ ਗਈਆਂ ਜੀ। ਹੁਣ ਪਾਰਲੀਮੈਂਟ, ਮੈਂ ਬੜੇ ਫੇਰ ਕਹਿਣਾ ਚਾਹੁੰਦਾ, ਪਾਰਲੀਮੈਂਟ ਨੂੰ ਨਾ ਚਲਾਉਣ ਦੇ ਵਾਸਤੇ ਇੱਕ ਵੈਸਟਡ ਇੰਟਰਸਟ ਦੇ ਥਰੂ ਇਹ ਉਹ ਹੈ ਕਿ ਜੀ ਇਹ ਦੋਨੋਂ ਪਾਰਟੀਆਂ ਫੇਰ ਇਕੱਠੀਆਂ ਨੇ, ਦੇਖਣ ਨੂੰ ਅਲੱਗ ਨੇ। ਜਿਹੜੀ ਦੋਨਾਂ ਨੇ ਗੱਲ ਕੀਤੀ ਆ, ਜਿਹੜੀ ਇਕਨੋਮਿਕ ਪੋਲਿਸੀਜ਼ ਦੀ ਗੱਲ ਕੀਤੀ ਆ ਨਰਸਿਮਹਾ ਰਾਓ ਵੇਲੇ ਦੀ,
ਉਹੀ ਪੋਲਿਸੀਜ਼ ਉਦੋਂ ਬਾਅਦ 'ਚ ਐੱਨ ਡੀ ਏ ਦੀ ਸਰਕਾਰ ਆਈ, ਐੱਨ ਡੀ ਏ ਸਰਕਾਰ ਨੇ ਉਹਨੂੰ ਫਰਦਰ ਐਫੀਸ਼ੈਂਟਲੀ ਇੰਪਲੀਮੈਂਟ ਕੀਤਾ। ਜੋ ਡਾਕਟਰ ਮਨਮੋਹਨ ਸਿੰਘ ਦੀਆਂ ਪੋਲਿਸੀਜ਼ ਸੀਗੀਆਂ ਨਿਊ ਇਕਨੋਮਿਕ ਪੋਲਿਸੀਜ਼ ਜਿਹਨੂੰ ਐੱਲ ਪੀ ਜੀ ਰਜੀਮ ਕਹਿੰਦੇ ਆ, ਉਹਨੂੰ ਹੁਣ ਮੌਜੂਦਾ ਸਰਕਾਰ ਉਹਨੂੰ ਜ਼ਿਆਦਾ ਐਫੀਸ਼ੈਂਟਲੀ ਇੰਪਲੀਮੈਂਟ ਕਰ ਰਹੀ ਹੈ, ਸਬਸਿਡੀਜ਼ ਕਢਾਈਆਂ ਜਾ ਰਹੀਆਂ ਨੇ, ਔਰ ਉਹ ਉਸੇ ਤਰੀਕੇ ਦੇ ਨਾਲ ਬਈ ਉਹ ਜਿਹੜੀ ਉਸ ਦੇ ਉੱਤੇ ਬਹਿਸ ਨਾ ਆਵੇ, ਕਿਉਂਕਿ ਬਿਲਕੁਲ ਜਿਹੜਾ ਹੈਗਾ ਇਹਨਾਂ ਦਾ ਇੰਟਰਸਟ ਉਸ ਦੇ ਵਿੱਚ ਹੈਗਾ ਕਿ ਉਹ ਬਈ ਪਾਰਲੀਮੈਂਟ ਦੇ ਵਿੱਚ ਡਿਬੇਟ ਨਾ ਹੋਵੇ। ਇਹ ਰੂਲਿੰਗ ਅਲੀਟ ਹਿੰਦੁਸਤਾਨ ਦੀ ਜਿਹੜੀ ਉੱਥੇ ਜਿਹੜੀ ਸਟੇਟਸ ਕੋ ਨੂੰ ਬਚਾ ਕੇ ਰੱਖਣਾ ਚਾਹੁੰਦੀ ਹੈ। ਓਕੇ ਓਕੇ, ਗਰੇਵਾਲ ਸਾਹਿਬ ਕੀ ਲੱਗਦਾ ਕਿ ਤੁਸੀਂ ਜਿਹੜਾ ਜਾਣ ਬੁੱਝ ਕੇ ਸੈਸ਼ਨ ਨੂੰ ਜਿੱਦਾਂ ਪੰਦੇਰ ਸਾਹਿਬ ਦਾ ਕਹਿਣਾ ਕਿ ਦੋਨੇ ਪਾਰਟੀਆਂ ਦੇ ਇੰਟਰਸਟ ਜਿਹੜੇ ਕਿ ਕੁਛ ਖਾਸ ਵਰਗ ਦੇ ਲਈ ਜਿਹੜਾ ਤੁਹਾਡੇ ਸਾਂਝੇ ਹਿੱਤ ਹੈ? ਇਹ ਤਾਂ ਇਹ ਮੈਂ ਸਮਝਦਾ ਕਿ ਨਾ ਇਨਸਾਫ਼ੀ ਹੈ ਬੀਜੇਪੀ ਨਾਲ ਇੱਦਾਂ ਦੀ ਗੱਲ ਕਹਿਣਾ। ਓਕੇ, ਔਰ ਦੂਸਰੀ ਗੱਲ ਇਹ ਹੈ ਜਿਹੜੀ ਇਹਨਾਂ ਲੋਕਪਾਲ ਦੀ ਗੱਲ ਕੀਤੀ ਹੈ, ਅੱਜ ਜਿਹੜਾ ਸਭ ਤੋਂ ਬੜੇ ਲੋਕਪਾਲ ਦੇ ਲਈ ਸੰਘਰਸ਼ ਕਰਨ ਵਾਲੇ ਲੋਕ ਸੀ ਉਹ ਆਮ ਆਦਮੀ ਪਾਰਟੀ 'ਚ ਨੇ ਬਹੁਤ ਸਾਰੇ, ਕੇਜਰੀਵਾਲ ਜੀ ਹੈਗੇ ਜੀ, ਉਹਨਾਂ ਨੇ ਖੁਦ ਉਹਨਾਂ ਨੂੰ ਇੰਨਾ ਜ਼ਿਆਦਾ ਬਹੁਮਤ ਮਿਲ ਗਿਆ ਉੱਥੇ, ਸਾਡੇ ਤਾਂ ਤਿੰਨ ਹੀ ਮੈਂਬਰ ਨੇ, ਬਾਕੀ ਤਾਂ ਸਾਰੇ ਉਹਨਾਂ ਦੇ ਆ, ਕਾਂਗਰਸ ਦਾ ਇੱਕ ਵੀ ਨਹੀਂ ਹੈ, ਅੱਜ ਕਰ ਲੈਣ ਨਾ ਪਾਸ, ਕਿਉਂ ਨਹੀਂ ਬਣਾਉਂਦੇ? ਮੈਨੂੰ ਲੱਗਦਾ ਗਰੇਵਾਲ ਸਾਹਿਬ ਮੈਨੂੰ ਲੱਗਦਾ ਕਿ ਤੁਹਾਨੂੰ ਆਮ ਆਦਮੀ ਪਾਰਟੀ ਦਾ ਇੰਨਾ ਜ਼ਿਆਦਾ ਹੂਆ ਹੈਗਾ ਕਿ ਵੀ ਆਮ ਆਦਮੀ ਪਾਰਟੀ ਕਿਤੇ ਪਿਕਚਰ ਨਹੀਂ ਹੈਗੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਬੀਜੇਪੀ ਹਮੇਸ਼ਾ ਆਮ ਆਦਮੀ ਪਾਰਟੀ ਦੀ ਗੱਲ। ਮੈਂ ਇਸ ਕਰਕੇ ਕਰ ਰਿਹਾ ਕਿ ਉਹ ਤਾਂ ਇੱਕ ਸ਼ਹਿਰ ਦੀ ਪਾਰਟੀ ਹੈ, ਸਾਡਾ ਨਹੀਂ ਕੁਛ ਵਿਗਾੜ ਸਕਦੀ ਜੀ, ਦਿੱਲੀ ਦੀ ਆ, ਪਰ ਮੈਂ ਇਹ ਗੱਲ ਕਹਿਣਾ ਕਿ ਉਹ ਆਪਣੀ ਕਮਿਟਮੈਂਟ ਜਿਹੜੀ ਪੂਰੀ ਕਰਨੀ ਸੀ ਉਹਦੇ ਲਈ ਸੰਘਰਸ਼ ਕਰ ਰਹੇ ਸੀ, ਉਹ ਕਿਉਂ ਨਹੀਂ ਕੀਤੀ? ਦਿੱਲੀ ਦੀ ਜਿਹੜੀ ਪਾਰਲੀਮੈਂਟ ਉਹ ਜਿਹੜੀ ਅਸੈਂਬਲੀ ਆ ਉਹਦੀ ਤਾਂ ਇੰਨੀ ਕੁ ਬਈ, ਜਿਹੜਾ ਪੁਲਿਸ ਕਮਿਸ਼ਨਰ ਹੈ ਉਹਦੀ ਸੀਐਮ ਨਾਲੋਂ ਜ਼ਿਆਦਾ ਪਾਵਰ ਹੈ, ਤੇ ਜਿਹੜਾ ਮੇਅਰ ਹੈ ਮਿਊਨਿਸਪਲ ਕਾਰਪੋਰੇਸ਼ਨ ਉਹਦੀ ਵੀ ਜ਼ਿਆਦਾ ਪਾਵਰ ਹੈ। ਪਰ ਸਾਡਾ ਇਹ ਤਾਂ ਮੁੱਦਾ ਲੋਕਪਾਲ ਤਾਂ ਬਣਾ ਸਕਦੇ ਆ, ਇਹ ਕਮਿਟਮੈਂਟ ਦੀ ਗੱਲ ਜਿਹੜੀ ਹੈ। ਮੈਂ ਆਣਾ ਤੁਹਾਡੇ ਵੱਲ ਗਰੇਵਾਲ ਸਾਹਿਬ, ਗੱਲ ਆਪਾਂ ਜੇ ਆਪਣੀ ਪਾਰਟੀ ਦੀ ਵੀ ਕਰੀਏ ਤਾਂ ਜਿਹੜੇ ਹਿਮਾਚਲ ਦੇ ਸਾਬਕਾ ਸੀਐਮ ਸ਼ਾਂਤਾ ਕੁਮਾਰ ਬੜੇ ਸੀਨੀਅਰ ਪਾਰਟੀ ਦੇ ਨੇਤਾ ਵੀ ਰਹੇ ਹੈ, ਉਸਨੇ ਖੁਦ ਪਾਰਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਗੱਲ ਕਹੀ ਕਿ ਜਦੋਂ ਇਹੋ ਜਿਹੇ ਇਸ਼ੂ ਉੱਠ ਰਹੇ ਹੈ ਤਾਂ ਵਿਅਕਤੀਆਂ ਦੀ ਗੱਲ ਨਹੀਂ, ਇਹਦੇ ਨਾਲ ਪਾਰਟੀ ਦੇ ਦਾਗ ਲੱਗ ਰਿਹਾ, ਤਾਂ ਹੋਇਆ ਕਿ ਪਾਰਟੀ ਦੇ ਲੋਕ ਹੀ ਡੰਡੇ ਲੈ ਕੇ ਉਹਦੇ ਦੁਆਲੇ ਹੋ ਗਏ, ਔਰ ਖਾਸ ਤੌਰ 'ਤੇ ਜਿਹੜੇ ਪੰਜਾਬ ਦੇ ਇੱਕ ਸੀਨੀਅਰ ਜਿਹੜੇ ਮੰਤਰੀ ਵੀ ਰਹੇ ਔਰ ਉਹਨਾਂ ਨੇ ਪੱਤਰ ਲਿਖਤਾ ਖੁੱਲ੍ਹੇ ਤੌਰ 'ਤੇ ਕਿ ਵੀ ਇਹ ਪਹਿਲਾਂ ਭਲਾਮਾਨ ਸਾਹਿਬ ਜਿਹੜਾ ਹੈਗਾ ਚੋਣਾਂ ਦਾ ਹਿਸਾਬ ਕਿਤਾਬ ਦੇਵੇ ਜਿਹੜਾ ਪਾਰਟੀ ਨੂੰ ਸਿੱਖਿਆ ਦੇ ਰਿਹਾ, ਪਾਰਟੀ ਦੇ ਲੋਕਾਂ ਦੇ ਅੰਦਰ ਵੀ ਡੈਮੋਕ੍ਰੇਸੀ ਦਾ ਇਹ ਹਾਲ ਕਰਤਾ? ਉਹ ਬੜੀ ਮੰਦਭਾਗੀ ਘਟਨਾ, ਸਾਡੀ ਪਾਰਟੀ ਦੇ ਅੰਦਰ ਇੰਟਰਨਲ ਡੈਮੋਕ੍ਰੇਸੀ ਹੈ, ਕੋਈ ਵੀ ਗੱਲ ਉਠਾ ਸਕਦਾ ਜੀ ਜੀ, ਉਹ ਸਾਡੀ ਨੈਸ਼ਨਲ ਐਗਜ਼ੀਕਿਊਟਿਵ ਦੇ ਵੀ ਮੈਂਬਰ ਸੀਗੇ, ਹੋਰ ਬੜੇ ਪਦਾਂ 'ਤੇ ਰਹੇ, ਪਰ ਉਹਨਾਂ ਦਾ ਪੱਤਰ ਲਿਖਣਾ ਪਬਲਿਕ 'ਚ ਜਾਣਾ ਔਰ ਉਸ ਨੂੰ ਜਾਰੀ ਕਰ ਦੇਣਾ ਔਰ ਜਦੋਂ ਸੈਸ਼ਨ ਆਵੇ ਉਸ ਤੋਂ ਪਹਿਲਾਂ ਕਰ ਦੇਣਾ, ਉਹ ਇੱਕ ਸਾਜਿਸ਼ ਦੇ ਤਹਿਤ ਸੀ। ਨਹੀਂ ਉਹ ਲੱਗਦਾ ਕਿ ਵਿਰੋਧੀਆਂ ਨਾਲ ਸਾਜਿਸ਼ ਕੁਛ ਨਾ ਕੁਛ ਉਹਦੇ ਜ਼ਰੂਰ ਸੀ, ਉਹਨਾਂ ਨੂੰ ਆਪਣੇ ਨਾਲ ਕੁਛ ਲੱਗਦਾ ਹੋਣਾ, ਔਰ ਅਸੀਂ ਉਸ ਚੀਜ਼ ਦੇ ਲਈ ਮੈਂ ਸਮਝਦਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੋਈ ਔਰ ਉਹਨਾਂ ਨੂੰ ਇਹ ਐਸਾ ਨਹੀਂ ਕਰਨਾ ਚਾਹੀਦਾ ਸੀ। ਸਾਰੀ ਉਮਰ ਤਾਂ ਇੰਜੋਏ ਕੀਤੀ ਪਾਵਰ ਬੀਜੇਪੀ ਦੀ ਵਜ੍ਹਾ ਕਰਕੇ, ਓਕੇ, ਔਰ ਮੈਂ ਸਮਝਦਾ ਕਿ ਅੱਜ ਮੈਂਬਰ ਪਾਰਲੀਮੈਂਟ ਨੇ ਉਹ ਵੀ ਬੀਜੇਪੀ ਦੀ ਵਜ੍ਹਾ ਕਰਕੇ ਨੇ, ਪਾਰਟੀ ਦੀ ਵਜ੍ਹਾ ਕਰਕੇ, ਉਸੇ ਪਾਰਟੀ ਦਾ ਨੁਕਸਾਨ ਕਰਨ ਦੇ ਲਈ ਉਹ ਚੱਲੇ, ਮੈਂ ਸਮਝਦਾ ਬਹੁਤ ਬੜੀ ਮੰਦਭਾਗੀ ਵਧੀਆ ਗੱਲ ਕਹਿ ਦਿੱਤੀ ਵੀ ਸ਼ਾਇਦ ਵਿਰੋਧੀਆਂ ਨਾਲ ਰਲੇ ਹੋਣਗੇ, ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਇੱਕ ਲੈਵਲ ਦੇ ਉੱਤੇ ਕਿਤੇ ਨਾ ਕਿਤੇ ਰਲੇ ਹੋਏ ਨੇ। ਮੈਂ ਇਹ ਕਹਿ ਰਿਹਾ ਕਿ ਸ਼ਾਂਤਾ ਕੁਮਾਰ ਜੀ ਉਹ ਬੰਦੇ ਨੇ ਜਿਹੜੇ ਆਰ ਐੱਸ ਐੱਸ ਦੀ ਪੈਦਾਇਸ਼ ਨੇ ਨਿਕਰਾ ਪਾ ਕੇ ਸ਼ੁਰੂ ਕੀਤਾ ਬੜੇ ਪੁਰਾਣੇ ਜ਼ਮਾਨੇ, ਜੇ ਉਹਦੇ ਬਾਰੇ ਗਰੇਵਾਲ ਸਾਹਿਬ ਇਹੋ ਜਿਹਾ ਬਿਆਨ ਦਿੰਦੇ ਨੇ ਕਿ ਉਹ ਵਿਰੋਧੀਆਂ ਨਾਲ ਰਲੇ ਹੋਣਗੇ ਤਾਂ ਮੈਨੂੰ ਲੱਗਦਾ ਇਹ ਕੋਈ ਅੱਛੀ ਗੱਲ ਨਹੀਂ ਜੀ। ਦੂਸਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਕਿ ਇਹਨਾਂ ਨੇ ਕਮਿਟਮੈਂਟ ਦੀ ਗੱਲ ਕੀਤੀ ਜਾਂ ਆਪਣੀਆਂ ਬਈ ਅਸੀਂ ਬੜੀ ਅਲੱਗ ਪਾਰਟੀ ਹਾਂ ਵਗੈਰਾ, ਤੁਹਾਨੂੰ ਯਾਦ ਹੋਏਗਾ ਕਿ ਸੁਖਰਾਮ ਜੀ ਦਾ ਕੇਸ ਹੋਇਆ ਸੀ, ਇਹਨਾਂ ਨੇ ਪਾਰਲੀਮੈਂਟ ਬੰਦ ਕਰਵਾ ਦਿੱਤੀ, ਸੁਖਰਾਮ ਜੀ ਤੋਂ ਅਸਤੀਫਾ ਲੈ ਲਿਆ, 1996 'ਚ ਸੁਖਰਾਮ ਜੀ ਅਰੈਸਟ ਹੋ ਗਏ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਅਲੱਗ ਪਾਰਟੀ ਬਣਾ ਲਈ ਹਿਮਾਚਲ ਵਿਕਾਸ ਮੰਚ ਜੀ ਜੀ, ਔਰ ਉਹਦੇ ਵਿੱਚ ਉਹਨਾਂ ਦੇ 5 ਮੈਂਬਰ ਜਿੱਤ ਗਏ, 31 ਮੈਂਬਰ ਕਾਂਗਰਸ ਦੇ, 31 ਮੈਂਬਰ ਬੀਜੇਪੀ ਦੇ, 5 ਮੈਂਬਰ ਹਰਿਆਣਾ ਵਿਕਾਸ ਮੰਚ ਦੇ। ਉਸ ਵੇਲੇ ਨਰਿੰਦਰ ਮੋਦੀ ਜੀ ਜਨਰਲ ਸੈਕਟਰੀ ਇੰਚਾਰਜ ਸੀਗੇ ਹਰਿਆਣਾ ਦੇ ਅਤੇ ਹਿਮਾਚਲ ਦੇ। ਓਕੇ, ਔਰ ਬੜੀ ਵੱਡੀ ਖਬਰ ਲੱਗੀ ਕਿ ਮੋਦੀ ਦੇ ਕਰਕੇ ਇਹ ਜਿਹੜੀ ਹਿਮਾਚਲ ਸਰਕਾਰ ਬਣੀ, ਕਿਉਂਕਿ ਹਰਿਆਣਾ ਵਿਕਾਸ ਮੰਚ ਨਾਲ ਜਿਸ ਨੂੰ ਪਾਰਲੀਮੈਂਟ ਜਿਸਦੇ ਕਹਿਣ ਦੇ ਉੱਤੇ ਬੰਦ ਕਰਾਈ, ਇੰਨਾ ਹੰਗਾਮਾ ਕੀਤਾ, ਉਹ ਅਰੈਸਟ ਹੋ ਗਿਆ, ਉਸਦੀ ਪਾਰਟੀ ਨਾਲ ਮਿਲ ਕੇ ਸਰਕਾਰ ਬਣਾ ਲਈ। ਤੁਸੀਂ ਕਮਿਟਮੈਂਟ ਦੀਆਂ ਗੱਲਾਂ ਕਰਦੇ ਹੋ, ਗਰੇਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਇਸ ਮੁੱਦੇ ਤੇ? ਕਹਿੰਦੇ ਵੀ ਪਾਰਟੀ ਆਪਣਾ ਮੌਕੇ ਮੁਤਾਬਕ ਜਿਹੜੀ ਹੈਗੀ ਹੈ ਸਟੈਂਡ ਬਦਲਦੀ ਰਹਿੰਦੀ ਹੈ, ਉਹਦੇ ਵਿੱਚ ਕੋਈ ਰੋਲ ਨਹੀਂ ਸੀ ਜੀ, ਇਹ ਸਟੇਟ ਪਾਰਟੀ ਦਾ ਰੋਲ ਹੁੰਦਾ ਇਹ ਸਾਰਾ ਕੁਝ ਕਰਨਾ, ਉਸ ਵੇਲੇ ਵੀ ਮੋਦੀ ਜੀ ਦਾ ਰੋਲ ਨਹੀਂ ਸੀ,
ਅੱਜ ਵੀ ਕਿਸੇ ਕੰਮ ਚ ਉਹਨਾਂ ਦਾ ਰੋਲ ਨਹੀਂ ਹੈ ਔਰ ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਦਾਹਰਣ ਦੇ ਰਿਹਾ ਹਾਂ ਇਹ ਵੀ ਬੜਾ, ਜਦੋਂ ਪਾਰਲੀਮੈਂਟ ਠੱਪ ਹੋਣ ਦੀ ਗੱਲ ਆਉਂਦੀ ਹੈ ਉਹਦੇ 'ਚ ਇੱਕ ਬੜਾ ਇੱਕ ਸੈਂਸਿਟਿਵ ਮਾਮਲਾ ਇਹ ਵੀ ਹੈ ਕਿ ਸਾਡੇ ਦੇਸ਼ ਦੇ ਅੰਦਰ ਇਹੋ ਜਿਹੇ ਲੋਕ ਵੀ ਜਿੱਤ ਕੇ ਆ ਰਹੇ ਜਿਹੜੇ ਬਾਹੂਬਲ ਦੇ ਨਾਲ ਬਾਹੂਬਲ ਨਾਲ ਜਿੱਤ ਕੇ ਆਉਂਦੇ ਆ। ਕੀ ਲੱਗਦਾ ਕਿ ਇੱਦਾਂ ਦੇ ਲੋਕ ਜਦੋਂ ਪਾਰਲੀਮੈਂਟ 'ਚ ਪਹੁੰਚਦੇ ਆ ਚਾਹੇ ਉਹ ਬੀਜੇਪੀ ਨਾਲ ਆ ਚਾਹੇ ਕਾਂਗਰਸ ਨਾਲ ਆ ਜਾਂ ਕਿਸੇ ਤਰੀਕੇ ਨਾਲ ਵੀ ਹੈਗੇ ਆ, ਉੱਥੇ ਵੀ ਬਾਹੂਬਲ ਦਾ ਇਸਤੇਮਾਲ ਕਰਦੇ ਆ ਕਿ ਜਿਸ ਤਰ੍ਹਾਂ ਅਸੀਂ ਚਾਹਾਂਗੇ ਸੈਸ਼ਨ ਉਦਾਂ ਹੀ ਚੱਲੇਗਾ। ਨਹੀਂ ਟੋਟਲ ਪਾਰਟੀਆਂ ਦਾ ਜਿਹੜਾ ਐਟੀਟਿਊਡ ਹੈ ਉਹ ਬਾਹੂਬਲ ਵਾਲਾ ਹੈਗਾ ਜੀ। ਉਹ ਜਿਹੜਾ ਉਸ ਤੋਂ ਇੱਕ ਸੁਲਝੀਆਂ ਹੋਈਆਂ ਪਾਰਟੀਆਂ ਜਿਹਨਾਂ ਦੀ ਆਈਡੀਓਲੋਜੀ ਹੈ, ਜਿਹਨਾਂ ਰੋਲ ਹੈ ਉਹ ਨਹੀਂ ਹੈ, ਉਹ ਨਜ਼ਰ ਨਹੀਂ ਆਉਂਦਾ। ਓਕੇ, ਇਹਦੇ ਵਿੱਚ ਜਿਹੜੀ ਸਿੱਧੂ ਸਾਹਿਬ ਇਹਦੇ 'ਚ ਜਿਹੜੀ ਚਿੰਤਾ ਵਾਲਾ ਵਿਸ਼ਾ ਜਿਹੜਾ ਉਹ ਇਹ ਹੈ ਕਿ ਜਦੋਂ ਪਾਰਲੀਮੈਂਟ ਨਹੀਂ ਚੱਲਦੀ ਤੁਹਾਡੀ ਡੈਮੋਕ੍ਰੇਸੀ 'ਤੇ ਲੋਕਾਂ ਦਾ ਵਿਸ਼ਵਾਸ ਨਹੀਂ ਰਹਿੰਦਾ, ਫਿਰ ਕਿਹੜੀਆਂ ਜਿਹੜੀਆਂ ਫੋਰਸਿਸ ਨੇ ਉਹਨਾਂ ਨੂੰ ਬਲ ਮਿਲਦਾ? ਉਹ ਫੋਰਸਿਸ ਨੇ ਜਿਹੜੀਆਂ ਵੋਟ ਦੀ ਰਾਜਨੀਤੀ ਤੋਂ ਪਰੇ ਹਟ ਕੇ ਲੋਕਾਂ ਨੂੰ ਲਿਜਾਣਾ ਚਾਹੁੰਦੀਆਂ ਔਰ ਵਾਇਲੈਂਸ ਯੂਜ਼ ਕਰਦੇ ਨੇ, ਬਾਹੂਬਲ ਯੂਜ਼ ਕਰਦੇ ਨੇ, ਜਿਹੜਾ ਮਸਲ ਐਂਡ ਪਾਵਰ ਨੂੰ ਯੂਜ਼ ਕਰਕੇ ਜਿਹੜਾ ਲੈਜਿਸਲੇਚਰ ਨੂੰ ਡਿਸਟੋਰਟ ਕਰਕੇ ਫਿਰ ਐਗਜ਼ੈਕਟਿਵ ਤੇ ਹਾਵੀ ਹੁੰਦੇ ਨੇ ਔਰ ਲੋਕਾਂ ਦੇ ਹੱਕ ਦਬਾਉਂਦੇ ਨੇ। ਜੀ ਜੀ, ਆਪਣਾ ਜਿਹੜਾ ਇਸਤੇਮਾਲ ਕਰਦੇ ਆਪਣੇ ਇੰਟਰਸਟ ਜਿਹੜੇ ਹੈਗੇ ਆਪਣੇ। ਸਰ ਥੈਂਕ ਯੂ ਵੈਰੀ ਮੱਚ, ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕੀਤੀ ਹੈ ਕਿ ਸੰਸਦ ਜਦੋਂ ਠੱਪ ਹੁੰਦੀ ਹੈ ਤਾਂ ਉਸਦੇ ਕੀ ਨਤੀਜੇ ਨਿਕਲਦੇ ਆ, ਦੇਸ਼ ਦੇ ਲੋਕਾਂ ਨੂੰ ਕਿਵੇਂ ਭੁਗਤਣਾ ਪੈਂਦਾ ਹੈ ਅਤੇ ਪੋਲੀਟੀਕਲ ਪਾਰਟੀਜ਼ ਵੱਲ ਲੋਕ ਕਿੱਦਾਂ ਦੇਖਦੇ ਆ। ਇਸ ਨਾਜ਼ੁਕ ਮੁੱਦੇ 'ਤੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ। ਪਹਿਲੀ ਪੜਾਅ ਦੇ ਸ਼ਾਮਿਲ ਹੋਣ ਦੇ ਲਈ ਮੈਂ ਤਿੰਨਾਂ ਮਹਿਮਾਨਾਂ ਦਾ ਜਿੱਥੇ ਧੰਨਵਾਦੀ ਹੈ, ਉੱਥੇ ਦਰਸ਼ਕਾਂ ਲਈ ਵੀ ਸੁਨੇਹਾ ਕਿ ਤੁਸੀਂ ਦੂਜੇ ਪੜਾਅ ਦੀ ਚਰਚਾ ਜ਼ਰੂਰ ਦੇਖਿਓ। ਸਾਡੇ ਇਸ ਲਈ ਪ੍ਰੋਗਰਾਮ ਦਾ ਪਤਾ ਜਗਤਾਰ ਸਿੱਧੂ @globalpunjabtv.com।